ਕੁਦਰਤ ਦਾ ਕਹਿਰ ਜਿੱਥੇ ਕਈ ਥਾਵਾਂ ਤੇ ਦੇਖਣ ਨੂੰ ਮਿਲ ਰਿਹਾ, ਉੱਥੇ ਦੱਸ ਦਈਏ ਕਿ ਕੁਝ ਤਸਵੀਰਾਂ ਹੁਣ ਗੁਜਰਾਤ ਤੋਂ ਸਾਹਮਣੇ ਆਈਆਂ ਨੇ, ਜਿੱਥੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿ ਉੱਥੇ ਹੜ੍ਹ ਵਰਗੀ ਸਥਿਤੀ ਜੋ ਹੈ ਬਣੀ ਹੋਈ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਰੀ ਮੀਂਹ ਦੇ ਨਾਲ ਉੱਥੇ ਸਥਿਤੀ ਕਿਸ ਤਰੀਕੇ ਦੀ ਹੈ। ਇੱਥੇ ਦੱਸ ਦਈਏ ਕਿ ਗੁਜਰਾਤ ਦੇ ਸੌਰਾਸ਼ਟਰ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਪਿਛਲੇ ਕਈ ਘੰਟਿਆਂ ਤੋਂ ਮੀਂਹ ਜਿਹੜਾ ਲਗਾਤਾਰ ਪੈ ਰਿਹਾ, ਪੋਰਬੰਦਰ ਅਤੇ ਜੂਨਾਗੜ੍ਹ ਜ਼ਿਲ੍ਹਿਆਂ ਦੇ ਵਿੱਚ ਵੀ ਹਾਲਾਤ ਵਿਗੜ ਗਏ ਨੇ। ਇੱਥੇ ਗਿਰ ਸੋਮਨਾਥ ਮੰਦਿਰ ਦੇ ਲਾਗੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਵੇਂ ਉਫਾਨ ਦੇ ਉੱਤੇ ਹੈ, ਨਦੀਆਂ ਨਾਲੇ ਪੂਰੇ ਉਫਾਨ ਦੇ ਉੱਤੇ ਨੇ। ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ। ਇਸ ਦੇ ਵਿੱਚ ਹਾਲੇ ਦੱਸ ਦਈਏ ਕਿ ਇੱਥੇ ਬੱਚਿਆਂ ਨੂੰ ਵੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਦੇਖਦੇ ਹੋਏ NDRF ਦੀਆਂ ਟੀਮਾਂ ਨੂੰ ਨਰਮਦਾ, ਕੱਛ, ਰਾਜਕੋਟ, ਵਲਸਾੜ, ਦੇਵਭੂਮੀ, ਦੁਆਰਕਾ, ਜੂਨਾਗੜ੍ਹ, ਭਾਵਨਗਰ ਪੈਂਦਾ, ਅਮਰੇਲੀ, ਸੂਰਤ ਅਤੇ ਗਿਰ ਸੋਮਨਾਥ ਦੇ ਲਈ ਰਵਾਨਾ ਕਰ ਦਿੱਤਾ ਗਿਆ। ਗਿਰ ਸੋਮਨਾਥ ਦੇ ਨੇੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਨੇ ਸੌਰਾਸ਼ਟਰ ਦੇ 6 ਅਤੇ ਜੋ ਦੱਖਣ ਗੁਜਰਾਤ ਹੈ ਉਸ ਦੇ 3 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਕੱਛ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ। ਪੱਛਮ ਰੇਲਵੇ ਨੇ ਭਾਵਨਗਰ ਜਿਹੜਾ ਪੈਂਦਾ ਹੈ ਮੰਡਲ ਦੇ ਪੋਰਬੰਦਰ ਕਾਨਾਲੂਸ ਸੈਕਸ਼ਨ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਪੋਰਬੰਦਰ ਆਉਣ ਜਾਣ ਵਾਲੀਆਂ ਟ੍ਰੇਨਾਂ ਵੀ ਪ੍ਰਭਾਵਿਤ ਜਿਹੜੀਆਂ ਹੋਈਆਂ ਨੇ। ਲਗਭਗ 250 ਯਾਤਰੀਆਂ ਨੂੰ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ, ਬੱਸਾਂ ਦੇ ਜ਼ਰੀਏ ਉਹਨਾਂ ਨੂੰ ਸ਼ਿਫਟ ਜਿਹੜਾ ਕੀਤਾ ਜਾ ਰਿਹਾ। ਸੋ ਗੁਜਰਾਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਭਾਰੀ ਮੀਂਹ ਜਿਹੜਾ ਪੈ ਰਿਹਾ, ਉਸ ਤੋਂ ਬਾਅਦ ਕਿਵੇਂ ਪਾਣੀ ਜਿਹੜਾ ਪੂਰੇ ਉਫਾਨ ਦੇ ਉੱਤੇ ਹੈ, ਨਦੀਆਂ ਦੇ ਵਿੱਚ ਪਾਣੀ ਜਿਹੜਾ ਪੂਰੇ ਜ਼ੋਰਾਂ ਦੇ ਨਾਲ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ। ਕਈ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਅੰਦਰ ਦਾਖਲ ਹੋ ਚੁੱਕਿਆ ਹੈ, ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਬਾਹ ਹੋਈਆਂ ਨੇ। ਗਲੀਆਂ ਦੇ ਵਿੱਚ ਨਦੀਆਂ ਨਾਲੇ ਜਿਹੜੇ ਬਾਹਰ ਨੇ ਉਹ ਵੀ ਸਾਰੇ ਜਿਹੜੇ ਫੁੱਲ ਹੋ ਚੁੱਕੇ ਨੇ। ਗਲੀਆਂ ਦੇ ਵਿੱਚ ਨਾਲੇ ਜਿਹੜੇ ਨੇ ਤੁਸੀਂ ਦੇਖੋਗੇ ਕੁਝ ਤਸਵੀਰਾਂ ਦੇ ਵਿੱਚ ਕਿ ਪੂਰੇ ਫਾਰਮ ਦੇ ਉੱਤੇ ਪਾਣੀ ਪਿੱਛੋਂ ਦੇ ਜਿਸ ਤਰੀਕੇ ਦੇ ਨਾਲ ਆ ਰਿਹਾ, ਗਲੀਆਂ ਦੇ ਵਿੱਚ ਵੀ ਮੰਦਾ ਹਾਲ ਹੋ ਗਿਆ। ਸੋ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਇੱਥੇ ਤੁਸੀਂ ਘਰਾਂ ਤੋਂ ਬਾਹਰ ਨਿਕਲੋ। ਗੁਜਰਾਤ ਦੇ ਸੌਰਾਸ਼ਟਰ ਦੇ ਵਿੱਚ ਵੀ ਭਾਰੀ ਮੀਂਹ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। NDRF ਦੀਆਂ ਟੀਮਾਂ ਗਿਰ ਸੋਮਨਾਥ ਦੇ ਲਾਗੇ ਜਿਹੜੀਆਂ ਪਹੁੰਚਣ ਵਾਲੀਆਂ ਨੇ। ਇੱਧਰ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖੋ ਕਿ ਲੋਕਾਂ ਦੇ ਘਰਾਂ ਦੇ ਬਾਹਰ ਉੱਥੇ ਨਦੀਆਂ ਦਾ ਕੀ ਕੁਛ ਹਾਲ ਹੈ, ਕਿਵੇਂ ਪਾਣੀ ਜਿਹੜਾ ਉਫਾਨ ਦੇ ਉੱਤੇ ਹੈ। ਸੋ ਇਹ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਕਿ ਗੁਜਰਾਤ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।